ਅੱਖਾਂ ਗਈਆਂ ਤੇ ਜਹਾਨ ਗਿਆ। ਮੋਤੀਆਬਿੰਦ ਜੋ ਹੈ ਮਹੀਨੇ ਚ ਕਲੀਅਰ ਹੋ ਗਿਆ, ਤੋ ਅਭੀ ਹਮਾਰੀ ਆਂਖੇ ਠੀਕ ਹੈ। ਜੈ ਭੀਮ ਜੈ ਭਾਰਤ, ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ। ਇਹ ਜੋ ਖਬਰ ਤੁਸੀਂ ਦੇਖਣ ਜਾ ਰਹੇ ਹੋ ਭਾਮੀਆਂ ਨੇੜੇ ਅੰਬਰ ਗਾਰਡਨ ਚੰਡੀਗੜ੍ਹ ਰੋਡ ਤੋਂ ਹੈ, ਜਿੱਥੇ ਅੱਖਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ, ਜਿਵੇਂ ਕਿ ਮੋਤੀਆਬਿੰਦ ਅਤੇ ਅੱਖਾਂ ਤੇ ਲੱਗੇ ਹੋਏ ਚਸ਼ਮਿਆਂ ਨੂੰ ਦਵਾਈ ਪਾ ਕੇ ਬੜੀ ਹੀ ਆਸਾਨੀ ਨਾਲ ਉਤਾਰ ਦਿੱਤਾ ਜਾਂਦਾ ਹੈ ਅਤੇ ਅੱਖਾਂ ਹਰ ਤਰ੍ਹਾਂ ਦੀ ਬਿਮਾਰੀ ਤੋਂ ਰਹਿਤ ਹੋ ਜਾਂਦੀਆਂ ਨੇ। ਜਿੱਥੇ ਭਾਰਤ ਦੇ ਕੋਨੇ ਕੋਨੇ ਤੋਂ ਆ ਕੇ ਲੋਕ ਇਲਾਜ ਕਰਵਾਉਂਦੇ ਹਨ, ਆਓ ਆਪਾਂ ਇਲਾਜ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹਨਾਂ ਦਾ ਇਸ ਦਵਾਈ ਬਾਰੇ ਕੀ ਕਹਿਣਾ ਹੈ। ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਤੋਂ ਸੁਖਵਿੰਦਰ ਕੌਰ ਦੇ ਨਾਲ ਰਕੇਸ਼ ਮੂਮ ਦੀ ਖਾਸ ਖਬਰ। ਭਾਰਤ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ। ਵਿਸ਼ੇਸ਼ ਨੋਟ, ਇਹ ਚੈਨਲ ਆਮ ਲੋਕਾਂ ਦੀ ਮਦਦ ਲਈ ਹੈ। ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਤੁਸੀਂ ਸਾਡੇ ਚੈਨਲ ਨਾਲ ਸੰਪਰਕ ਕਰ ਸਕਦੇ ਹੋ। ਜੈ ਭੀਮ ਜੈ ਭਾਰਤ, ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਅਤੇ ਮੈਂ ਤੁਹਾਡੀ ਆਪਣੀ ਸੁਖਵਿੰਦਰ ਕੌਰ ਤੁਹਾਡਾ ਸਾਰਿਆਂ ਦਾ ਇਸ ਚੈਨਲ ਵਿੱਚ ਹਾਰਦਿਕ ਸਵਾਗਤ ਕਰਦੀ ਹਾਂ। ਜਿਵੇਂ ਕਿ ਸਿਆਣਿਆਂ ਦੀ ਕਹਾਵਤ ਹੈ ਕਿ ਦੰਦ ਗਏ ਤਾਂ ਸਵਾਦ ਗਿਆ, ਅੱਖਾਂ ਗਈਆਂ ਤੇ ਜਹਾਨ ਗਿਆ। ਅਸੀਂ ਅੱਜ ਪਹੁੰਚੇ ਹਾਂ ਭਾਮੀਆਂ ਦੇ ਨਾਲ ਲੱਗਦੇ ਅਮਰ ਗਾਰਡਨ ਦੇ ਨੇੜੇ, ਜਿੱਥੇ ਕਿ ਅੱਖਾਂ ਦਾ ਜਿਹੜਾ ਇਲਾਜ ਜਿਹੜਾ ਕੀਤਾ ਜਾਂਦਾ ਹੈ, ਹਰ ਪ੍ਰਕਾਰ ਦੀ ਜਿਹੜੀ ਅੱਖਾਂ ਦੀ ਬਿਮਾਰੀ ਆ ਉਹਦਾ ਇਲਾਜ ਕੀਤਾ ਜਾਂਦਾ ਹੈ। ਅਤੇ ਜਿਹੜੇ ਮਰਜ਼ੀ ਜਿਹੜਾ ਚਾਹੇ ਘੱਟ ਨਿਗਾਹ ਦੀ ਐਨਕ ਹੈ ਚਾਹੇ ਉਹ ਜ਼ਿਆਦਾ ਨਿਗਾਹ ਦੀ ਐਨਕ ਆ, ਉਹਨਾਂ ਨੂੰ ਦਵਾਈ ਪਾ ਕੇ ਹੀ ਠੀਕ ਕੀਤਾ ਜਾਂਦਾ ਹੈ ਅਤੇ ਚਸ਼ਮੇ ਉਤਾਰੇ ਜਾਂਦੇ ਆ। ਅਤੇ ਇੱਥੇ ਲੋਕ ਜਿਹੜੇ ਬੜੀ ਦੂਰੋਂ ਦੂਰੋਂ ਆ ਕੇ ਜਿਹੜੇ ਆ ਦਵਾਈ ਲੈਂਦੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹਨਾਂ ਨੂੰ ਇਸ ਚੀਜ਼ ਦਾ ਕੀ ਲਾਹਾ ਮਿਲਦਾ ਹੈ। ਸਰ, ਕਿਆ ਨਾਮ ਹੈ? ਮੇਰਾ ਨਾਮ ਰਾਜੀਵ ਚੌਹਾਨ ਹੈ। ਕਹਾਂ ਸੇ ਆਏ ਆਪ? ਮੈਂ ਸਹਾਰਨਪੁਰ ਯੂਪੀ ਸੇ। ਔਰ ਯਹਾਂ ਪੇ ਆਪ ਮੈਡੀਸਨ ਲੈਣੇ ਆਏ ਹੋ, ਆਪਕੋ ਕੈਸੇ ਪਤਾ ਚਲਾ ਕਿ ਯਹਾਂ ਪੇ ਜੋ ਆਂਖੋਂ ਕੀ ਦਵਾਈ ਮਿਲਦੀ ਹੈ? ਮੈਂ ਖੁਦ ਮੈਡੀਸਨ ਮੇਂ ਹੂੰ, ਇਸ ਲਈ ਮੇਰੇ ਕੋ ਮਾਲੂਮ ਥਾ ਪਹਿਲੇ ਸੇ, 20 ਇਅਰ ਸੇ ਜਾਨਤਾ ਹੂੰ ਉਨਕੋ। ਮੇਰੀ ਬੇਟੀ ਕੋ ਐਕਚੁਅਲੀ 0.5 ਕੀ ਦਿੱਕਤ ਹੈ ਥੋੜਾ, ਤੋ ਇਸ ਲਈ ਮੈਂ ਇਸਕੋ ਲੇ ਗਿਆ ਹੂੰ। ਤੋ ਕਿਤਨੀ ਬਾਰ ਆ ਚੁਕੇ ਹੋ ਯਹਾਂ ਪੇ? ਫਸਟ ਟਾਈਮ ਹੀ ਆਇਆ ਹੂੰ ਯਹਾਂ ਪਰ। ਫਸਟ ਟਾਈਮ ਆਏ ਹੋ? ਅਭੀ ਆਪਨੇ ਡਾਕਟਰ ਸੇ ਬਾਤ ਕੀ? ਜੀ, ਮੇਰੀ ਬਾਤ ਹੋ ਚੁੱਕੀ ਹੈ। ਉਹਨੇ ਕਿਹਾ ਕਿ ਮੈਂ ਵੀ ਅੱਗੇ ਅੰਦਰ ਬੱਚੇ ਕੇ ਅੰਦਰ ਲੈ ਕੇ ਡਾਲੂੰਗਾ, ਕਿਉਂਕਿ ਐਕਚੁਅਲੀ ਉਸਕਾ NDA ਮੇਂ ਸਿਲੈਕਸ਼ਨ ਹੋ ਰੱਖਾ ਹੈ, ਤੋ ਇਸ ਲਈ ਉਸਕੋ ਮੈਂ ਲੈ ਕੇ ਆਇਆ ਹੂੰ ਯਹਾਂ ਪਰ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਸੁਹੇਲ। ਕਹਾਂ ਸੇ ਆਇਆ? ਦਿੱਲੀ ਸੇ। ਦਿੱਲੀ ਸੇ ਆਪ ਯਹਾਂ ਮੈਡੀਸਨ ਦਿਲਵਾਨੇ ਆਏ ਹੋ, ਆਪਕੋ ਕੈਸੇ ਪਤਾ ਚਲਾ ਕਿ ਯਹਾਂ ਪੇ ਜੋ ਮੈਡੀਸਨ ਦਿਲਾਈ ਜਾਂਦੀ ਹੈ? ਸੁਣਾ ਥਾ ਮੈਨੇ ਆਪਣੇ ਬੜੇ ਵਾਲੇ ਭਾਈ ਸੇ, ਤੋ ਉਹਨਾਂ ਨੇ ਬਤਾਇਆ ਵਾ ਲੁਧਿਆਣਾ ਮੇਂ ਇਸ ਇਸ ਟ੍ਰੀਟਮੈਂਟ ਹੋਤਾ ਹੈ ਆਂਖੋਂ ਕਾ, ਬਹੁਤ ਅੱਛਾ ਹੈ ਔਰ ਕਈ ਲੋਗੋਂ ਕੋ ਫਰਕ ਪੜਾ ਹੈ, ਜਿਸਸੇ ਉਨਕੇ ਚਸ਼ਮੇ ਹਟ ਚੁਕੇ ਹੈ, ਤੋ ਇਸ ਲਈ ਮੈਂ ਯਹਾਂ ਟ੍ਰੀਟਮੈਂਟ ਕਰਵਾਨਾ ਹੈ। ਕਿਤਨੀ ਬਾਰ ਆ ਚੁਕੇ ਹੋ ਆਪ ਯਹਾਂ? ਫਸਟ ਟਾਈਮ ਹੈ ਮੇਰਾ। ਹਾਂਜੀ ਭਈਆ, ਕਹਾਂ ਸੇ ਆਏ ਹੋ? ਗਾਜ਼ੀਆਬਾਦ ਸੇ। ਯਹਾਂ ਪੇ ਮੈਡੀਸਨ ਲੈਣੇ ਲਈ ਆਏ? ਹਾਂ, ਦਵਾਈ ਲੈਣੇ ਆਏ। ਆਪਕੋ ਕੈਸੇ ਪਤਾ ਚਲਾ ਕਿ ਯਹਾਂ ਪੇ ਮੈਡੀਸਨ ਮਿਲਦੀ ਹੈ? ਹਮਾਰੇ ਮਾਮਾ ਜੀ ਆਏ ਹੋਏ ਹੈ ਯਹਾਂ ਪੇ। तो आप कितनी बार कितनी टाइम से आ रहे हो? पिछली बार तीन महीने पहले आया था, अब दोबारा आया हूँ। तो क्या फ़र्क लगा आपको? आराम है मेरा। तो आप फिर कहाँ कब आए, कि रात में आते हो या फिर दिन में? नहीं, अभी पहुँचा हूँ मैं, अभी 10 मिनट पहले। सर, क्या नाम है आपका? सुनील कुमार। कहाँ से आए हो? जिंद डिस्ट्रिक्ट हरियाणा से। अच्छा जी, आप यहाँ पे मेडिसिन लेने के लिए आए? हाँ, दवाई डलवाने के लिए आया, तो मैं मेडिसिन भी लूँगा। तो यहाँ फिर कैसे आप पहुँचे, कैसे हो? किसी नॉन ने नंबर दिया था मेरे को इनका, फ़ोन पे बात करके तब आया हूँ। तो फिर यहाँ पे पहुँचने के बाद क्या आप रात में पहुँचे हैं या दिन में पहुँचे? आपने कहाँ पे रहने का किया? और रहने का भी वापसी जाऊँगा, ट्रेन से वापसी चला जाना। हाँ जी मैम, की नाम है जी तुम्हारा? आशा शर्मा। और कहाँ से आए हैं आप? मेरठ से। और यहाँ पे मेडिसिन लेने के लिए आए हो, आप कितनी बार आ चुके हो यहाँ? यहाँ तीसरी बार आ चुके हैं। तो क्या फ़र्क क्या लगा है आपको? आँखों का नंबर कम हो चुका, चश्मे का अब की बात। हाँ जी,
आपके हट जाएगा, आपकी बार हट जाएगा, आप डॉक्टर साहब से बात हुई है? हाँ जी, हाँ जी बिल्कुल। तो फिर आप यहाँ तक पहुँचते हो, कैसे पहुँचते हो और यहाँ पे रहने के लिए क्या करते हो? नहीं, गाड़ी से ही आए थे। अच्छा, गाड़ी से सीधा यहाँ पे और वापसी यहाँ? हाँ जी, हाँ जी, रात आए थे और अब दवाई का काम करवा के चले जाएंगे। अभी आप लोगों को क्या कहना चाहते हो कि यहाँ पे कैसे आना चाहिए? यहाँ काफ़ी आराम मिलता है लोगों को, अच्छे हैं डॉक्टर साहब, दवाई काफ़ी अच्छी है, आराम मिलता है सबको। हाँ जी, की नाम है जी ताडा? उमंग मलिक। कैडी जगह तो आए? शामली यूपी से। तो तुम्हें इस जगह का एड्रेस कितना पता चलिया? हमारे नाइबर आते थे यहाँ पे तो उन्होंने बताया था। तो आप कितनी बार आ चुके हैं? सेकंड टाइम आए हैं अभी। तो कितना का आराम जो आंखों को आपके मिला? 30-40% तो लगाया अभी तक। हाँ जी अंकल जी, की नाम है तुम्हारा? मेरा नाम डीडी शर्मा है जी। कितों आए हैं? असं आगरा तो आए हैं, यूपी आगरा, ताजमहल वाला आगरा। अच्छा जी, हाँ जी। तो इतों का जो एड्रैस है तुम्हें कितना पता चलिया? मैंने पता सी, तो नाल के बंदे उन्होंने दसा सी कि उत्थे जो है लुधियाने इलाज होंदा है, ਤਾਂ ਕਰਕੇ ਅਸੀਂ ਆਏ ਇੱਥੇ। ਤੇ ਹਾਂ, ਤੇ ਕਿਹੜੀ ਤੁਹਾਨੂੰ ਇਦਾਂ ਦੀ ਪ੍ਰੋਬਲਮ ਸੀਗੀ ਅੱਖਾਂ ਦੀ ਜਿਹੜੀ ਵੀ ਤੁਸੀਂ ਇੱਥੇ ਪਹੁੰਚੇ? ਮੋਤੀਆਬਿੰਦ ਸੀਗਾ। ਅੱਛਾ ਜੀ। ਤੇ ਮੋਤੀਆਬਿੰਦ ਜੋ ਹੈ ਮਹੀਨੇ 'ਚ ਕਲੀਅਰ ਹੋ ਗਿਆ, ਮਾੜਾ ਜਿਹਾ ਰਹਿ ਗਿਆ ਤੇ ਕਲੀਅਰ ਹੀ ਹੋ ਗਿਆ ਸਾਰਾ, ਦੋਨਾਂ ਅੱਖਾਂ ਵਿੱਚ ਸੀਗਾ। ਅੱਛਾ ਜੀ। ਤੇ ਹੁਣ ਕਲੀਅਰ ਹੈ ਤੇ ਮਹੀਨਾ ਹੋ ਗਿਆ ਇੱਥੇ ਹੀ। ਮਹੀਨਾ ਆਗਰਾ ਤੋਂ ਆਇਆ, ਲੋਕਲ ਨਹੀਂ ਹੈ, ਇੱਥੇ ਰੈਂਟ 'ਤੇ ਰਹਿ ਰਹੇ ਤੇ ਡੇਲੀ ਦਵਾਈ ਪਵਾ ਰਹੇ 3 ਵਾਰੀ। ਅੱਛਾ, 1 ਮਹੀਨੇ ਤੋਂ ਤੁਸੀਂ ਰੈਂਟ 'ਤੇ ਰਹਿ ਰਹੇ ਹੋ? ਰੈਂਟ 'ਤੇ ਰਹਿ ਰਹੇ ਜੀ। ਇੱਕ ਮੈਡੀਸਨ ਲਈ ਤੁਸੀਂ 1 ਮਹੀਨੇ ਤੋਂ ਜਿਹੜਾ ਹੈ ਉਹ ਰੈਂਟ 'ਤੇ ਰਹਿ ਰਹੇ ਹੋ? ਹਾਂਜੀ, 1 ਮਹੀਨੇ ਤੋਂ ਰੈਂਟ 'ਤੇ ਰਹਿ ਰਹੇ ਔਰ ਦਵਾਈ ਡੇਲੀ 3 ਵਾਰੀ ਦਵਾਈ ਪੈਂਦੀ ਹੈ। ਅੱਛਾ। ਤੇ ਲੋਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਇਸ ਜਗ੍ਹਾ ਬਾਰੇ? ਇਹ ਜਗ੍ਹਾ 'ਤੇ ਇਹ ਹੈ ਕਿ ਇਸ ਤੋਂ ਵਧੀਆ ਇਲਾਜ ਕਦੇ ਹੈਗਾ ਨਹੀਂ, ਅਤੇ ਵਿਦਆਊਟ ਓਪਰੇਸ਼ਨ ਇੱਥੇ ਸਾਰੀ ਅੱਖਾਂ ਵੀ ਠੀਕ ਹੁੰਦੀ ਹੈ ਔਰ ਮੋਤੀਆਬਿੰਦ ਵੀ ਖਤਮ ਹੋ ਜਾਣਾ ਹੈ ਔਰ ਬਾਕੀ ਜੋ ਔਰ ਵੀ ਬਹੁਤ ਸਾਰੀ ਬਿਮਾਰੀਆਂ ਉਹਨਾਂ ਦਾ ਇਲਾਜ ਇੱਥੇ ਹੁੰਦਾ ਹੈ। ਜੋ ਇੱਥੇ ਰਹਿਣ ਕੇ ਦਵਾਈ ਪਾਉਂਦੇ ਹਾਂ ਤਾਂ ਫਰੀ ਦਵਾਈ ਪੈਂਦੀ ਹੈ ਔਰ ਜਿਹੜੇ ਬੰਦੇ ਪਿੰਡ ਜਾਣਾ ਹੈ ਅਤੇ ਲੈ ਕੇ ਜਾਓ, ਉਹਦੇ ਚਾਰਜ ਲੱਗਦਾ ਹੈ। ਚੰਦਰ ਪ੍ਰਭਾ ਆਗਰਾ ਸੇ ਆਏ ਹੈ। ਹਾਂ, ਯਹਾਂ ਪੇ ਮੈਡੀਸਨ ਲੈਣੇ ਆਏ ਹੈ? ਹਾਂ, ਮੈਡੀਸਨ ਲੈਣੇ ਆਏ ਹੈ ਔਰ 8 ਸਾਲ ਪਹਿਲੇ ਵੀ ਆਏ ਥੇ। 8 ਸਾਲ ਪਹਿਲੇ ਕੌਣ ਆਇਆ ਥਾ ਯਹਾਂ? ਹਮ ਚੰਦਰ ਪ੍ਰਭਾ। ਆਪ ਆਏ ਥੇ? ਹਾਂ। अच्छा, आपको क्या प्रॉब्लम थी आंखों की? आंखों में मोतियाबिंद हो गया था। अच्छा। हाँ। तो आंखों में मोतियाबिंद होने के बाद आप यहाँ पे पहुँचे? हाँ, फिर किसी ने बताया था कि वहाँ पे दिखाते हैं तो अब फिर हम आए थे तो अभी हमारी आंखें ठीक हैं। अच्छा, अभी आपकी आंखें बिल्कुल ठीक है? हाँ। उसके बाद कोई दिक्कत परेशानी नहीं? कोई निगाह कम हो जाना नहीं? नहीं, ऐसी कोई प्रॉब्लम नहीं। हाँ जी सर, की नाम है जी? मेरे पिता जी का नाम सरकपाल सिंह गरेवाल, साढ़ा पिंड कुलियावाल जमालपुर है जी, भामिया रोड से। ਅਤੇ ਮੇਰੇ ਪਿਤਾ ਜੀ ਨੇ ਸ਼ੁਰੂ ਕੀਤਾ ਸੀਗਾ ਦਵਾਈ ਦਾ ਕੰਮ, ਕਾਫੀ 40 ਸਾਲ ਤੋਂ ਅਸੀਂ ਕਰਦੇ ਆ ਰਹੇ ਹਾਂ ਅਤੇ ਉਸ ਤੋਂ ਬਾਅਦ ਹੁਣ ਪਿਤਾ ਜੀ ਤੋਂ ਬਾਅਦ ਅਸੀਂ ਕਰ ਰਹੇ ਹਾਂ, ਮੈਂ ਅਤੇ ਮੇਰਾ ਬੇਟਾ ਵੀ ਕਰ ਰਿਹਾ। ਅਤੇ ਇਹ ਵੀ ਮੈਂ ਵੀ ਕੈਨੇਡੀਅਨ PR ਹਾਂ, ਛੱਡ ਕੇ ਆਇਆ, ਮੇਰੇ ਪਿਤਾ ਜੀ ਦਾ ਹੁਕਮ ਹੋਇਆ ਸੀ ਵੀ ਤੁਸੀਂ ਆ ਕੇ ਇਹ ਕੰਮ ਕਰੋ ਅਤੇ ਮੇਰਾ ਬੇਟਾ ਵੀ ਹੁਣ ਉੱਥੋਂ ਛੱਡ ਕੇ ਵਾਪਸ ਆਇਆ ਕੈਨੇਡਾ ਤੋਂ ਅਤੇ ਅਸੀਂ ਦੋਨੋਂ ਰਲ ਕੇ ਜੋ ਪਿਤਾ ਜੀ ਦਾ ਸਾਡਾ ਮਿਸ਼ਨ ਸੀਗਾ ਅਸੀਂ ਉਸ ਮਿਸ਼ਨ 'ਚ ਕੋਸ਼ਿਸ਼ ਕਰ ਰਹੇ ਹਾਂ ਕਿ ਮੈਕਸੀਮਮ ਅਸੀਂ ਉਸ ਮਿਸ਼ਨ 'ਚ ਕਾਮਯਾਬ ਹੋਈਏ ਅਤੇ ਜੋ ਸਾਡੇ ਪਿਤਾ ਜੀ ਨੇ ਇਹ 40 ਸਾਲ ਮਿਹਨਤ ਕਰਕੇ ਇਹ ਚੀਜ਼ ਨੂੰ ਆਜ਼ਾਦ ਕੀਤਾ, ਇਸ ਚੀਜ਼ ਨੂੰ ਤਿਆਰ ਕੀਤਾ, ਉਹਨਾਂ ਦੀ ਭਗਤੀ ਅਤੇ ਉਹਨਾਂ ਦੀ ਡੈਡੀਕੇਸ਼ਨ ਅਤੇ ਉਹਨਾਂ ਦਾ ਜੋ ਵੀ ਹੈਗਾ ਮਿਹਨਤ ਉਹਨਾਂ ਦੀ ਜਿਹੜੀ ਹੈਗੀ, ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਉਸ ਚੀਜ਼ ਨੂੰ ਤਿਆਰ ਕਰਕੇ ਸਾਨੂੰ ਉਹ ਇਸ ਨਾਲ ਜੋੜ ਕੇ ਗਏ ਨੇ ਅਤੇ ਸਾਡਾ ਮੈਕਸੀਮਮ ਇਹ ਹੈ ਵੀ ਅਸੀਂ ਲੋਕਾਂ 'ਚ ਵਿਚਰੀਏ, ਲੋਕਾਂ ਨੂੰ ਦੇਖੀਏ ਅਤੇ ਲੋਕਾਂ ਦਾ ਇਲਾਜ ਕਰੀਏ।
ਅਤੇ ਸਰ ਜਿਹੜੀ ਨਜ਼ਰ ਦੀ ਐਨਕ ਆ ਉਹਦਾ ਕਿੰਨੇ ਚਿਰ ਦਾ ਜਿਹੜਾ ਹੁੰਦਾ ਵਾ ਵੀ ਇਲਾਜ ਹੈਗਾ ਵੀ ਜਿਹਨਾਂ ਉਹਨੂੰ ਮੈਡੀਸਨ ਪਵਾਉਣੀ ਪਏਗੀ? ਦੇਖੋ ਇਹਦੇ 'ਚ ਕਾਫੀ ਗੱਲਾਂ ਨੇ ਜੀ, ਕਿਉਂਕਿ ਕਿਸੇ ਦਾ ਅੱਧਾ ਨੰਬਰ ਲੱਗਿਆ, ਕਿਸੇ 'ਤੇ 5 ਨੰਬਰ ਲੱਗਿਆ, ਕਿਸੇ ਦੇ 15 ਨੰਬਰ ਲੱਗਿਆ, ਕਿਸੇ ਦੇ 22 ਨੰਬਰ ਲੱਗਿਆ। ਡਿਪੈਂਡ ਅਪਾਉਨ ਕਿ ਕਿਸੇ ਦੇ ਜਿੰਨਾ ਜਿੰਨਾ ਸਪੈਕਸ ਦਾ ਨੰਬਰ ਜ਼ਿਆਦਾ ਲੱਗਿਆ ਉਹਨਾਂ ਉਨਾ ਟਾਈਮ ਜ਼ਿਆਦਾ ਲੱਗਦਾ। ਇਹਦੇ 2-3 ਗੱਲਾਂ ਹੋਰ ਵੀ ਆਉਂਦੀਆਂ ਨੇ, ਜਿਵੇਂ ਕਿ ਅੱਜ ਕੱਲ੍ਹ ਜ਼ਿਆਦਾ ਚੱਲਣ ਹੈਗਾ ਬੱਚਿਆਂ ਦੇ ਅੱਖਾਂ 'ਚ ਸਕੁਇੰਟ ਆ ਰਿਹਾ, ਜਿਹਨੂੰ ਆਪਾਂ ਭੈਂਗਾਪਣ ਕਹਿੰਦੇ ਹਾਂ, ਅਤੇ ਉਹ ਬੱਚਿਆਂ ਦੇ ਜ਼ਿਆਦਾ ਆ ਰਿਹਾ, ਉਹਦੇ ਕਰਕੇ ਉਹਦੇ 'ਚ ਥੋੜ੍ਹਾ ਸਾਨੂੰ ਲੰਬਾ ਪ੍ਰੋਸੈਸ ਕਰਨਾ ਪੈਂਦਾ, ਉਹ ਸਾਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ, ਕਾਫੀ ਸਾਨੂੰ ਦਵਾਈ ਲੰਬੀ ਚਲਾਉਣੀ ਪੈਂਦੀ ਹੈ ਤਾਂ ਕਿ ਉਹਨਾਂ ਦੀਆਂ ਅੱਖਾਂ ਜਿਹੜੀਆਂ ਭੈਂਗਾਪਣਾ ਉਹ ਠੀਕ ਹੋ ਜਾਵੇ, ਅੱਖਾਂ ਸਿੱਧੀਆਂ ਹੋ ਜਾਣ ਅਤੇ ਨਜ਼ਰ ਪੂਰੀ ਹੋ ਜਾਵੇ, ਉਸ ਸਾਨੂੰ ਟਾਈਮ ਲੱਗਦਾ ਜੀ। ਅਤੇ ਕਾਫੀ ਪੇਸ਼ੈਂਟ ਆ ਜਿਹੜੇ ਤੁਹਾਡੇ ਕੋਲ ਮੋਤੀਆ ਬਿੰਦ ਦੇ ਵੀ ਆ ਰਹੇ ਨੇ, ਉਹਨਾਂ ਦੇ ਟ੍ਰੀਟਮੈਂਟ ਦੇ ਵਿੱਚ ਵੀ ਕੀ ਜਿਹੜੀਆਂ ਸਾਵਧਾਨੀਆਂ ਵਰਤੀਆਂ ਜਾਂਦੀਆਂ? ਸਾਡੇ ਕੋਲ ਮੋਤੀਆ ਦੇ ਆ ਰਹੇ ਆ, ਗੁਲਕੋਮੇ ਦੇ ਆ ਰਹੇ ਆ, ਅਤੇ ਰਟੀਨਾ ਡਿਟੈਚ ਦੇ ਆ ਰਹੇ, ਰਟੀਨਾ ਦੇ ਕਾਫੀ ਪੇਸ਼ੈਂਟ ਨੇ, ਅਤੇ ਕਾਫੀ ਸਾਡੇ ਕੋਲ ਲੋਕ ਆ ਰਹੇ ਨੇ, ਕਾਫੀ ਅੱਛੇ ਰਿਜ਼ਲਟ ਨੇ, ਅਤੇ ਪਰਮਾਤਮਾ ਕਿਰਪਾ ਕਰਦੇ ਆ ਕਿ ਉਹਨਾਂ ਦੀ ਬਖਸ਼ਿਸ਼ ਨਾਲ ਹੀ, ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਹੀ ਸਾਰਾ ਅਸੀਂ ਉਹਨਾਂ ਦਾ ਨਾਂ ਲੈ ਕੇ ਚੱਲਦੇ ਹਾਂ, ਅਤੇ ਬਾਕੀ ਦਵਾਈ ਨਾਲ ਕਾਫੀ ਜ਼ਿਆਦਾ ਲੋਕ ਠੀਕ ਹੋ ਰਹੇ। ਅਤੇ ਜਿਹੜੇ ਦੂਰੋਂ ਕਾਫੀ ਦੂਰੋਂ ਤੋਂ ਲੋਕ ਆਏ ਆ, ਉਹਨਾਂ ਦੇ ਫਿਰ ਰਹਿਣ ਦੀ ਵਿਵਸਥਾ ਦਾ ਕਿੱਦਾਂ? ਦੇਖੋ ਸਾਡੇ ਅਸੀਂ ਜਿਹੜੇ ਹੈ ਕਿ ਦੂਰੋਂ ਆਉਂਦੇ ਆ ਲੋਕ, ਸਾਡੇ ਕੋਲ ਤਾਂ ਇਹ ਹੁੰਦਾ ਵੀ ਅਸੀਂ ਤਾਂ ਸਵੇਰੇ ਜਿਹੜੇ ਆਉਂਦੇ ਆ 7 ਵਜੇ ਅਸੀਂ ਖੋਲ੍ਹ ਦਿੰਦੇ ਹਾਂ, 2 ਵਜੇ ਤੱਕ ਟੋਟਲੀ ਸਾਰਿਆਂ ਨੂੰ ਫ੍ਰੀ ਕਰ ਦਿੰਦੇ ਹਾਂ। ਜਿਹੜੇ ਕੋਈ ਰੁਕਣ ਵਾਲੇ ਹੁੰਦੇ ਆ ਉਹ ਆਪਦਾ ਆਸ ਪਾਸ ਕਿਸੇ PG ਜਾਂ ਕੋਈ ਕਿਸੇ ਕਿਤੇ ਰਹਿ ਪੈਂਦੇ ਆ, ਅਤੇ ਉਹ ਜਿਹੜੇ ਇੱਥੇ ਰੁਕ ਕੇ ਦਵਾਈ ਪਾਉਂਦੇ ਆ ਉਹਨਾਂ ਦੀ ਅਸੀਂ ਦਵਾਈ ਪਾ ਕੇ ਉਹਨਾਂ ਦਾ ਥੋੜ੍ਹਾ ਫਾਸਟ, ਜਿਵੇਂ ਕਿ ਲੋਕੋ ਪਾਇਲਟ 'ਚ ਆ ਕੇ NDA 'ਚ ਜਾਣਾ ਕਿਸੇ ਬੱਚੇ ਨੇ, ਕਿਸੇ ਨੇ ਪੁਲਿਸ ਜਾਣਾ, ਕਿਸੇ ਨੇ ਕਿਸੇ ਜੋਬ ਜਾਣਾ, ਉਹ ਬੱਚੇ ਇੱਥੇ 10-15 ਦਿਨ ਰੁਕ ਕੇ ਦਵਾਈ ਪਾਉਂਦੇ ਆ, ਅਤੇ ਉਹਦੇ 'ਚ ਅਸੀਂ ਉਹਨਾਂ ਦੀਆਂ ਅੱਖਾਂ ਕਲੀਅਰ ਹੋ ਜਾਂਦਾ 6x6 ਕਰਕੇ ਤਾਂ ਕਿ ਉਹਨਾਂ ਦੀ ਜੋਬ 'ਚ ਦਿੱਕਤ ਨਾ। ਅਤੇ ਸਰ ਜਿਹੜੀ ਤੁਸੀਂ ਮੈਡੀਸਨ ਇੱਥੇ ਪਾਉਂਦੇ ਹੋ ਅਤੇ ਜਿਹੜੀ ਲੈ ਕੇ ਜਾਂਦੇ ਨੇ ਉਹਦਾ ਕੀ ਤੁਸੀਂ ਕੀ ਪ੍ਰਾਈਜ਼ ਵਗੈਰਾ ਰੱਖਿਆ ਹੋਇਆ? ਸਾਡਾ ਬਿਲਕੁਲ ਨੋਮੀਨਲ ਜਿਹਾ ਪ੍ਰਾਈਸ ਹੈ ਜੀ, ਬਿਲਕੁਲ ਹਲਕਾ ਜਿਹਾ, ਤਾਂ ਕਿ ਕਿਉਂਕਿ ਸਾਡੇ ਲੋਕਾਂ 'ਚ ਟ੍ਰੈਂਡ ਹੈਗਾ ਕਿ ਜਦੋਂ ਦਵਾਈ ਆਪਾਂ ਫ੍ਰੀ ਵੰਡਦੇ ਹਾਂ ਅਤੇ ਉਹ ਦਵਾਈ ਦਾ ਉਹਨਾਂ ਨੂੰ ਸਾਨੂੰ ਵੀ ਲੋਕ ਕਹਿੰਦੇ ਆ ਵੀ ਸਾਨੂੰ ਅਸਰ ਨਹੀਂ ਹੁੰਦਾ ਜੀ ਸਾਡਾ ਕੁਛ, ਅਸੀਂ ਬਿਲਕੁਲ ਨੋਮੀਨਲ ਜਿਹੇ ਰੱਖੇ ਹੋਏ ਨੇ ਤਾਂ ਕਿ ਹਰ ਗਰੀਬ ਤੋਂ ਗਰੀਬ ਅਫੋਰਡ ਕਰ ਸਕੇ। ਮੈਕਸੀਮ ਸਾਡੇ ਕੋਲ ਤਕਰੀਬਨ ਜੇ ਸਾਡੇ ਕੋਲ 100 ਪੇਸ਼ੈਂਟ ਆਉਂਦਾ ਤਾਂ 10-15 ਪੇਸ਼ੈਂਟ ਐਸੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਫ੍ਰੀ ਦਵਾਈ ਦਿੰਦੇ ਹਾਂ। ਅਤੇ ਕਾਫੀ ਲੋਕਾਂ ਨੂੰ ਜਿਹੜਾ ਇਸ ਜਗ੍ਹਾ ਦੇ ਬਾਰੇ ਨਹੀਂ ਪਤਾ ਵਾ, ਅਤੇ ਤੁਸੀਂ ਕੀ ਲੋਕਾਂ ਨੂੰ ਕੀ ਸੁਨੇਹਾ ਲਾਉਣਾ ਚਾਹੁੰਦੇ ਹੋ? ਕਾਫੀ ਲੋਕਾਂ ਨੂੰ ਪਤਾ ਹੈਗਾ, ਬਾਕੀ ਜਿਹੜੇ ਤੁਹਾਡੇ ਮਾਧਿਅਮ ਨਾਲ ਕਾਫੀ ਲੋਕਾਂ ਨੂੰ ਪਤਾ ਲੱਗ ਜੂਗਾ ਜੀ, ਤੁਸੀਂ ਬਹੁਤ ਵਧੀਆ ਇਹ ਉਪਰਾਲਾ ਕਰ ਰਹੇ ਹੋ। ਅਤੇ ਸਾਡਾ ਤਾਂ ਮਕਸਦ ਇਹੀ ਹੈ, ਤੁਹਾਨੂੰ ਵੀ ਬੇਨਤੀ ਕਰਾਂਗੇ ਕਿ ਤੁਸੀਂ ਇਹ ਲੋਕਾਂ 'ਚ ਸਪਰੈਡ ਕਰੋ ਤਾਂ ਕਿ ਮਾਨਵਤਾ ਦੀ ਸੇਵਾ ਹੋ ਸਕੇ, ਭਲਾ ਹੋ ਸਕੇ ਲੋਕਾਂ ਦਾ, ਜਿੱਥੇ ਕਿ ਗਰੀਬਾਂ ਦਾ ਬਹੁਤ ਜ਼ਿਆਦਾ ਭਲਾ ਹੁੰਦਾ। ਇਹ 'ਚ ਅਮੀਰ ਗਰੀਬ ਦੀ ਕੋਈ ਗੱਲ ਨਹੀਂ ਹੈਗੀ, ਲੇਕਿਨ ਕਈ ਲੋਕ ਅਫੋਰਡ ਨਹੀਂ ਕਰ ਸਕਦੇ, ਜਿਹੜੇ ਲੋਕ ਵਿਚਾਰੇ ਅਫੋਰਡ ਨਹੀਂ ਕਰ ਸਕਦੇ ਉਹਨਾਂ ਵਾਸਤੇ ਸਾਡੀ ਦਵਾਈ ਰਾਮਬਾਣ ਵੀ ਹੈ, ਅਤੇ ਉਹਨਾਂ ਵਾਸਤੇ ਜ਼ਿਆਦਾ ਉਹਨਾਂ ਨੂੰ ਫਾਇਦਾ ਵੀ ਹੈ। ਅਮੀਰ ਆਦਮੀ ਤਾਂ ਹਰੇਕ ਥਾਂ ਇਲਾਜ ਕਰਾ ਲੈਂਦਾ। ਬਾਕੀ ਜਿਹੜਾ ਆਯੁਰਵੈਦਿਕ ਸਿਸਟਮ ਹੈ ਇਹ ਪੁਰਾਣਾ ਸਿਸਟਮ ਹੈਗਾ, ਆਯੁਰਵੈਦਿਕ 'ਚ ਬਹੁਤ ਜ਼ਿਆਦਾ ਹੈਗਾ ਇਲਾਜ ਦੇ ਫਾਇਦੇ ਹੈਗੇ ਆ, ਔਰ ਬੜਾ ਲੰਬਾ ਟਾਈਮ ਚੱਲਦਾ ਹੈਗਾ। ਜਿਵੇਂ ਕਿ ਸਾਡੇ ਕੋਲ ਅੱਜ ਵੀ ਲੋਕ ਆਉਂਦੇ ਨੇ ਜਿਹੜੇ 15 ਸਾਲ ਪਹਿਲਾਂ ਐਨਕਾਂ ਲੱਗੀਆਂ ਹੋਈਆਂ ਸੀ ਉਤਾਰ ਕੇ ਗਏ ਨੇ, ਕੋਈ ਸਾਨੂੰ ਕਹਿੰਦਾ ਜੀ 12 ਸਾਲ ਬਾਅਦ ਅਸੀਂ ਸਾਨੂੰ ਅੱਧਾ ਨੰਬਰ ਆ ਗਿਆ, ਕੋਈ ਕਹਿੰਦਾ ਜੀ 14 ਸਾਲ ਬਾਅਦ ਆਇਆ, ਕੋਈ ਕਹਿੰਦਾ 15 ਸਾਲ ਬਾਅਦ ਆਇਆ, ਅਤੇ ਇਸ ਤਰ੍ਹਾਂ ਦਾ ਸਾਨੂੰ ਇਸ ਤਰ੍ਹਾਂ ਦਾ ਰਿਜ਼ਲਟ ਮਿਲਦੇ ਆ। ਸਾਨੂੰ ਆਪ ਅਸੀਂ ਲੋਕਾਂ ਨੂੰ ਕਿਸੇ ਨੂੰ ਪੁੱਛਦੇ ਨਹੀਂ, ਲੋਕ ਆਪ ਆ ਕੇ ਦੱਸ ਕੇ ਜਾਂਦੇ।